ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਜਾ ਰਹੇ 2024-25 ਦੇ ਵਿੱਤੀ ਬਜਟ ਨੂੰ ਲੈ ਕੇ ਕਿਸਾਨ ਕੀ ਮੰਗ ਕਰਦੇ ਨੇ ਜਾਂ ਕੀ ਉਮੀਦਾਂ ਲੈ ਕੇ ਚੱਲਦੇ ਨੇ ਕਿ ਇਸ ਬਜਟ ਵਿੱਚ ਕਿਸਾਨਾਂ ਨੂੰ ਕਿਸ ਤਰ੍ਹਾਂ ਦੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ, ਕਿਸਾਨਾਂ ਕੋਲ ਸਾਡੇ ਨਾਲ ਉਹਨਾਂ ਨਾਲ ਗੱਲ ਕਰਦੇ ਹਾਂ। ਰਾਜਵੀਰ ਜੀ, ਕਿਸ ਤਰ੍ਹਾਂ ਦੀ ਉਮੀਦਾਂ ਲੈ ਕੇ ਚੱਲਦੇ ਹੋ ਕਿ ਜਿਹੜਾ 2024-25 ਦਾ ਬਜਟ ਪੰਜਾਬ ਸਰਕਾਰ ਪੇਸ਼ ਕਰਨਾ ਚਾਹੀਦੀ ਹੈ, ਕਿਸਾਨਾਂ ਨੂੰ ਕਿਸ ਤਰ੍ਹਾਂ ਦੀਆਂ ਸਹੂਲਤਾਂ ਮਿਲਣੀ ਚਾਹੀਦੀ? ਦੇਖੋ, ਜਿਹੜਾ ਬਜਟ ਆ ਨਾ, ਕਿਸਾਨ ਪੱਖੀ ਪਹਿਲੀ ਗੱਲ ਤਾਂ ਅੱਜ ਤੱਕ ਆਇਆ ਹੀ, ਜੇ ਆਇਆ ਤਾਂ ਨਾ ਮਾਤਰ ਆਇਆ। ਐਵੇਂ ਘਬਰਾਉਣ ਵਾਲੀ ਜੀ ਗੱਲ ਹੁੰਦੀ ਹੈ ਵੀ ਕਿਸਾਨਾਂ ਨੂੰ ਦੇ ਦਿਓ, ਅਸੀਂ ਤਾਂ ਚਾਹੁੰਦੇ ਹਾਂ ਵੀ ਸਾਡੇ ਕੋਲ 23 ਫਸਲਾਂ ਹੈ। ਜੇ ਕੋਈ ਕੇਂਦਰ ਸਰਕਾਰ ਨਹੀਂ, ਕੋਈ ਪੰਜਾਬ ਸਰਕਾਰ MSP ਦੇ ਸਕਦੀ ਹੈ ਤਾਂ ਦੇਵੇ, ਉਹਦੇ 'ਤੇ ਸਾਡੇ ਕੋਲ RMP ਵੀ ਹੋਵੇ। MRP ਜਦੋਂ ਆਪਾਂ ਵੇਚਦੇ ਹਾਂ ਵੀ ਇੰਨੀ ਅਸੀਂ MSP ਦੇ ਤੀ ਅਤੇ ਇਹ ਤੋਂ ਅੱਗੇ ਇੰਨੇ 'ਤੇ ਬੰਦਾ ਵੇਚ ਸਕਦਾ ਹੈ। ਹਜੇ ਤੱਕ ਇਹਨਾਂ ਨੇ ਕੀਤਾ ਕਰਾਇਆ ਕੁਛ ਨਹੀਂ, ਆ ਬਜਟ ਹੁਣ ਆਉਣਾ ਹੈ, ਇਲੈਕਸ਼ਨ ਕਰਕੇ ਤਾਂ ਭਾਵੇਂ 19 ਕਰ ਦੇਣ, ਨਹੀਂ ਤਾਂ ਗੋਂਗਲਾਂ ਤੋਂ ਮਿੱਟੀ ਝਾੜ ਕੇ ਦੇਣ ਨੇ ਆਪਦਾ ਡੰਗ ਟਪਾ ਦੇਣਾ। ਅਤੇ ਵਾਅਦਾ ਦਿੱਤਾ ਹੀ ਨਹੀਂ ਅੱਜ ਤੱਕ, ਜੇ ਦਿੱਤਾ ਤਾਂ ਨਾ ਮਾਤਰ ਦਿੱਤਾ। ਅਸੀਂ ਤਾਂ ਚਾਹੁੰਦੇ ਹਾਂ ਵੀ ਜਿਹੜੀ ਸਾਡੀ ਫਸਲ ਹੈ ਨਾ, ਉਹਦਾ ਭਾਵੇਂ ਬੀਮਾ ਹੋਵੇ, ਉਹਦੇ ਪੂਰਾ ਮੁਆਵਜ਼ਾ ਕਿਸਾਨਾਂ ਨੂੰ ਮਿਲੇ। ਜਿੰਨੀਆਂ ਫਸਲਾਂ ਮਰਦੀਆਂ ਆ, ਹੁਣ ਨੁਕਸਾਨ ਹੋ ਕੇ ਹੁਣ ਹੀ ਆ ਗਿਆ, 1-2 ਦਿਨ ਪਹਿਲਾਂ ਹੀ। ਇਹਦਾ ਦੱਸ ਦਿਓ ਕਿਸੇ ਨੇ ਕੀ ਕੀਤਾ, ਕਿਹੜੇ ਕਿਹੜੇ ਗੜੇ ਪਏ ਆ, ਕਿਸੇ ਨੇ ਕੋਈ ਪੁੱਛਿਆ ਨਹੀਂ, ਕੋਈ ਗੰਦੌਰੀ ਦੇ ਹੁਕਮ ਨਹੀਂ ਦਿੱਤੇ, ਅਤੇ ਬਸ ਇਹਨਾਂ ਨੇ ਐਂ ਸਾਰ ਦੇਣਾ, ਨਾ ਪਿਛੜਾ ਦਿੱਤਾ ਨਾ ਕਾਂਢ ਦੇਣਾ। ਜਿਸ ਤਰ੍ਹਾਂ ਤੁਸੀਂ ਗੱਲ ਕਰਦੇ ਹੋ ਕਿ ਕਿਸੇ ਵੀ ਸਰਕਾਰ ਵੱਲੋਂ ਜਿਹੜਾ ਕਿਸਾਨਾਂ ਦੇ ਹੱਕ ਵਿੱਚ ਬਜਟ ਨਹੀਂ ਲਿਆਂਦਾ ਜਾਂ ਕਿਸਾਨਾਂ ਦੇ ਹੱਕ ਦੀ ਗੱਲ ਨਹੀਂ ਕੀਤੀ, ਪਰ ਦੂਜੇ ਪਾਸੇ ਸਰਕਾਰਾਂ ਦੀ ਗੱਲ ਕਰੀਏ, ਸਰਕਾਰ ਇਸ ਗੱਲ ਨੂੰ ਦਾਅਵਾ ਕਰਦੀ ਹੈ ਕਿ ਉਹ ਕਿਸਾਨ ਹਿਤੈਸ਼ੀ ਸਰਕਾਰਾਂ ਨੇ, ਕਿਸਾਨਾਂ ਦਾ ਭਲਾ ਸੋਚਦੀਆਂ ਨੇ, ਕਿਸਾਨਾਂ ਬਾਰੇ ਜਿਹੜੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਜਿਹੜਾ ਸਕੀਮਾਂ ਲੈ ਕੇ ਆ ਰਹੇ ਨੇ, ਉਸ ਨੂੰ ਲੈ ਕੇ ਕੀ ਕਹੋਗੇ? ਦੇਖੋ, ਗੱਲ ਇਹ ਹੈ ਜੀ ਵੀ ਇਹਨਾਂ ਤਾਂ ਮੋਦੀ ਸਰਕਾਰ ਨੇ ਵੀ ਆਪਾਂ ਨੂੰ ਕਿਹਾ ਸੀ ਅਸੀਂ ਦੁੱਗਣੀ ਕਰ ਦਿਆਂਗੇ, ਕਮ ਤੁਹਾਡੀ ਕਿੱਥੇ ਹੋਈ? ਇਹ ਸਿਰਫ ਇਹਨਾਂ ਦਾ ਹੁਣ ਵੋਟਾਂ ਹੈ, ਵੋਟਾਂ ਕਰਕੇ ਹੋ ਸਕਦਾ ਇਹ ਵੀ ਸਰਕਾਰ, ਹੋ ਸਕਦਾ ਕੇਂਦਰ ਸਰਕਾਰ, ਵੋਟਾਂ ਕਰਕੇ ਦਿੰਦੇ ਆ ਅਤੇ ਮੁੜ ਕੇ ਬਾਅਦ ਕਰ ਗਏ ਚੁੱਲ ਪਏ ਆ। ਹੁਣ ਆਪਣਾ 15-15 ਲੱਖ ਕਿੱਧਰ ਗਿਆ ਜਿਹੜਾ ਆਪਾਂ ਨੂੰ ਆਉਣਾ ਸੀਗਾ? ਇਹਨਾਂ ਨੇ 2 ਕਰੋੜ ਨੌਕਰੀਆਂ ਕਿੱਧਰ ਗਈਆਂ ਜਿਹੜੀਆਂ ਇਹਨੇ ਮੋਦੀ ਸਰਕਾਰ ਨੇ ਦੇਣੀਆਂ ਸੀ? ਜਿਹੜਾ ਹੋਰ ਇਹਨੇ ਸਹੂਲਤਾਂ ਦੇਣੀਆਂ ਕਿੱਧਰ ਗਈਆਂ? ਖੇਤੀ ਬਜਟ 'ਚ ਕੀ ਦਿੱਤਾ ਸਾਨੂੰ? ਕੱਖ ਨਹੀਂ ਦਿੱਤਾ ਇਹਨਾਂ ਨੇ। ਆ ਹੁਣ ਵੇਖੋ ਤੁਸੀਂ ਸਟੇਜਾਂ 'ਤੇ ਕਿਵੇਂ ਬੋਲਦੇ ਆ ਇਹ, ਅਤੇ ਦੇਣਾ ਲੈਣਾ ਇਹਨਾਂ ਨੇ ਕੱਖ ਨਹੀਂ। ਜਿੱਦੇ ਵੋਟਾਂ ਲੈ ਰਹੀਆਂ ਅਤੇ ਉੱਥੇ ਆਪਦੇ ਘਰ ਨੂੰ ਬਣਾ ਕੇ ਸਰਕਾਰਾਂ ਇਹਨਾਂ ਨੇ ਬਹਿ ਜਾਣਾ। ਮਹਿਲਾਵਾਂ ਦੇ ਕਿਚਨ ਦੇ ਜਿਹੜੇ ਅੱਜ ਕੱਲ੍ਹ ਗਰੋਸਰੀ ਦਾ ਰੇਟ ਹੈਗਾ ਉਹ ਬਹੁਤ ਜ਼ਿਆਦਾ ਹੈਗਾ, ਉਹਨਾਂ ਨੂੰ ਘਟਾਉਣਾ ਚਾਹੀਦਾ ਹੈਗਾ, ਜਿਹਦੇ ਕਰਕੇ ਜਿਹੜੀ ਰਸੋਈ ਦਾ ਬਜਟ ਹੈਗਾ ਬਿਲਕੁਲ ਹਿੱਲ ਚੁੱਕਿਆ, ਅਤੇ ਜਿਹਦੇ ਨਾਲ ਕਿ ਰੋਜ਼ ਦੀਆਂ ਵਸਤੂਆਂ ਜਿਹੜੀਆਂ ਆਪਾਂ ਦਿੱਤ ਦੇ ਵਿੱਚ ਯੂਜ਼ ਕਰਦੇ ਹੈਗੇ ਆ ਉਹਨਾਂ ਨੂੰ ਲੈਣਾ ਅਤੇ ਉਹ ਔਖਾ ਹੋਇਆ ਪਿਆ। ਇੱਕ ਜਿਹੜਾ ਦਿਹਾੜੀਦਾਰ ਬੰਦਾ ਉਸਨੂੰ ਤਾਂ ਬਹੁਤ ਹੀ ਔਖਾ ਲੱਗਦਾ ਕਿ ਉਹਦੀ ਦਿਹਾੜੀ ਬਹੁਤ ਘੱਟ ਹੈ ਅਤੇ ਜਿਹੜੀਆਂ ਰੋਜ਼ ਦੀਆਂ ਵਰਤਣ ਵਾਲੀਆਂ ਚੀਜ਼ਾਂ ਹੈਗੀਆਂ ਅਤੇ ਉਹਨਾਂ ਦੇ ਰੇਟ ਬਹੁਤ ਜ਼ਿਆਦਾ, ਇਸ ਲਈ ਉਹਦੇ ਬਾਰੇ ਪੰਜਾਬ ਸਰਕਾਰ ਨੂੰ ਸੋਚਣਾ ਚਾਹੀਦਾ। ਕਰੋਨਾ ਕਾਰਨ ਛੋਟੇ ਦੁਕਾਨਦਾਰ ਬਹੁਤ ਜ਼ਿਆਦਾ ਉਹਨਾਂ ਦਾ ਕੰਮ ਪ੍ਰਭਾਵਿਤ ਹੋਇਆ ਅਤੇ ਉਹਨਾਂ ਦਾ ਤਕਰੀਬਨ ਹੀ ਕੰਮ ਖਤਮ ਹੋਣ ਦੀ ਕਗਾਰ 'ਤੇ ਆ ਗਿਆ ਅਤੇ ਸਰਕਾਰ ਨੂੰ ਇਸ ਦੇ ਬਾਰੇ 'ਚ ਕੁਛ ਸੋਚਣਾ ਚਾਹੀਦਾ ਹੈ ਕਿ ਉਹਨਾਂ ਦੀ ਆਰਥਿਕ ਸਥਿਤੀ 'ਚ ਸੁਧਾਰ ਆਵੇ ਅਤੇ ਇਸ ਤੋਂ ਇਲਾਵਾ ਲਘੂ ਉਦਯੋਗ ਨੂੰ ਵੀ ਸਰਕਾਰ ਨੂੰ ਬੜਾਵਾ ਦੇਣਾ ਚਾਹੀਦਾ ਜਿਹਦੇ ਨਾਲ ਇੱਕ ਤਾਂ ਰੁਜ਼ਗਾਰ 'ਚ ਵਾਧਾ ਹੋਊਗਾ, ਜਿਹੜੀ ਬੇਰੁਜ਼ਗਾਰੀ ਹੈ ਉਹ ਥੋੜ੍ਹੀ ਘਟੂਗੀ ਅਤੇ ਪੰਜਾਬ ਦੀ ਆਰਥਿਕ ਸਥਿਤੀ ਵਿੱਚ ਵੀ ਸੁਧਾਰ ਆਏਗਾ।